ਵੱਡੀ ਖਬਰ ਦੇ ਨਾਲ ਟੈਨਾ ਸਾਹਿਬ ਖਬਰ سامنے ਆਈ ਹੈ ਕਿ ਮੁੱਲਾਪੁਰ ਦਾ ਖਾਤੋਂ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਦੇ ਘਰ ਆਮਦਨਕਾਰ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕੀ ਖਬਰ ਹੈ ਇਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਸਵੇਰ ਦੇ ਵੇਲੇ ਲਗਭਗ 6 6:30 ਵਜੇ ਜੀ 60 ਤੋਂ ਲੈ ਕੇ 70 ਜਿਹੜੇ ਆ ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਤੇ ਕਰਮਚਾਰੀ ਜੀ ਮਨਪ੍ਰੀਤ ਸਿੰਘ ਈਆਲੀ ਦੇ 6 ਟਿਕਾਣਿਆਂ ਦੇ ਉੱਤੇ ਗਏ ਆ ਉਹਦੇ ਵਿੱਚ ਦਫ਼ਤਰ ਵੀ ਆ ਫਾਰਮ ਹਾਊਸ ਵੀ ਆ ਘਰ ਵੀ ਆ ਕਈ ਹੋਰ ਥਾਵਾਂ ਵੀ ਆ ਜੀ ਉਹਨਾਂ ਥਾਵਾਂ ਦੇ ਉੱਤੇ ਰੇਡ ਕਰਨ ਦਾ ਮਨੋਰਥ ਆ ਜਿਹੜਾ ਉਹ ਤਾਂ ਹਲੇ ਖੁੱਲ ਕੇ ਗੱਲ ਸਾਹਮਣੇ ਆਉਣੀ ਬਾਕੀ ਹੈ ਪਰ ਕਿਉਂਕਿ ਮਨਪ੍ਰੀਤ ਸਿੰਘ ਈਆਲੀ ਇਸ ਵਕਤ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਆ ਜੀ ਤੇ ਸੀਨੀਅਰ ਆਗੂ ਆ ਇਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਪਾਈ ਹੋਈ ਰੇਡ ਦੇ ਚਰਚੇ ਵੀ ਬਹੁਤ ਆ ਤੇ ਇੱਥੋਂ ਮਿਲਦਾ ਕੀ ਆ ਇਹਦੇ ਬਾਰੇ ਨਿਗਾ ਵੀ ਟਕੀ ਹੋਈ ਆ ਹਾਲਾਂਕਿ ਕਿਸੇ ਵੀ ਧਿਰ ਦੇ ਵੱਲੋਂ ਇਹ ਗੱਲ ਦੱਸੀ ਨਹੀਂ ਗਈ ਵੀ ਕੀ ਮਿਲਿਆ ਤੇ ਕੀ ਮਿਲ ਸਕਦਾ ਪਰ ਇਹ ਹੁਣ ਅਧਿਕਾਰੀ ਦੱਸਣਗੇ ਵੀ ਜੋ ਛਾਣਮੀਣ ਕੀਤੀ ਜਾ ਰਹੀ ਆ ਜੋ ਵਹੀ ਖਾਤੇ ਫਰੋਲੇ ਜਾ ਰਹੇ ਸ਼ਾਇਦ ਜੋ ਕੁਝ ਦੱਸਣਗੇ ਉਹਦੇ ਆਧਾਰ ਦੇ ਉੱਤੇ ਅਗਲੀ ਖਬਰ ਆਊਗੀ ਪਰ ਛਾਪੇਮਾਰੀ ਹੋਈ ਹੈ ਤੇ ਇਸ ਵਕਤ ਵੀ ਉੱਥੇ ਰੇਡ ਦਾ ਕਬਜ਼ਾ ਰਹੀਆ ਬਿਲਕੁਲ ਸੋ ਇਸ ਬਾਬਤ ਜੋ ਵੀ ਅਪਡੇਟ ਆਏਗੇ ਉਹ ਸਾਂਝੀ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ ਅਗਲੀ ਖਬਰ ਲੈ ਲੈਣੇ ਆ ਟੈਨਾਤ ਸਾਹਿਬ ਕੰਗਨਾਰ ਅਨੋਦ ਕਾਫੀ ਸੁਰਖਿਆ ਦੇ ਵਿੱਚ ਬਣੀ ਹੋਈ ਹੈ ਵਿਵਾਦਿਤ ਬਿਆਨਾਂ ਨੂੰ ਲੈ ਕੇ ਸ਼ਾਇਦ ਉਹਨਾਂ ਨੂੰ ਸੁਰਖੀਆਂ 'ਚ ਰਹਿਣਾ ਪਸੰਦ ਹੈ ਪਰ ਉਸ ਦੇ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨਾਂ ਦੇ ਉੱਪਰ ਮੋਹਰ ਲਗਾ ਦਿੰਦੀ ਹੈ ਭਾਰਤ ਸਰਕਾਰ ਜਦੋਂ ਉਹਨਾਂ ਨੂੰ ਪਦਮਸ਼ਰੀ ਵਰਗੇ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪੁਰਸਕਾਰ ਦੇ ਨਾਲ ਸਨਮਾਨ ਮਿਲਣ ਤੋਂ ਬਾਅਦ ਮੈਡਮ ਦਾ ਕਹਿਣਾ ਹੈ ਕਿ ਜੋ ਭਾਰਤ ਨੂੰ ਆਜ਼ਾਦੀ 1947 ਵਿੱਚ ਮਿਲੀ ਹੈ ਉਹ ਭੀਖ ਵਿੱਚ ਮਿਲੀ ਹੋਈ ਆਜ਼ਾਦੀ ਹੈ ਅਸਲ ਆਜ਼ਾਦੀ ਤਾਂ ਮੈਡਮ ਨੂੰ 2014 ਵਿੱਚ ਮਿਲੀ ਸੀ ਕੀ ਕਹਿਣਾ ਚਾਹੋਗੇ ਦੇਖੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਤੁਸੀਂ ਇੱਕ ਚੋਣ ਜਿੱਤਣ ਨੂੰ ਆਜ਼ਾਦੀ ਮੰਨਦੇ ਹੋ ਹੂੰ ਤੇ ਤੁਸੀਂ ਆਜ਼ਾਦੀ ਨੂੰ ਭੀਖ ਮੰਦਦੇ ਹੋ ਬਿਲਕੁਲ ਇਹ ਤੁਹਾਡੀ ਸੋਚ ਦੇ ਵਿੱਚ ਕਿਹੋ ਜੀ ਨਕਮਾਪਨ ਤੁਸੀਂ ਅੰਦਰੋਂ ਕਿਵੇਂ ਹਿੱਲੇ ਹੋਏ ਆ ਤੁਹਾਡੀ ਮਾਨਸਿਕਤਾ ਕਿੰਨੀ ਗਰਕੀ ਹੋਈ ਹੈ ਇਹਦੀ ਇਸ ਥਾਂ ਤੋਂ ਬਹੁਤ ਵੱਡੀ ਉਦਾਹਰਣ ਮਿਲਦੀ ਹੈ ਜੀ ਇਹ ਕੰਗੜਾ ਰਣੌਤ ਦੇ ਪਹਿਲੀ ਵਾਰੀ ਥੋੜੀ ਆ ਕੁਝ ਕਿਹਾ ਏਦਾਂ ਦਾ ਬੋਲ ਬੋਲ ਕੇ ਤਾਂ ਉਹ ਬਹੁਤ ਸਾਰੇ ਪੁਰਸਕਾਰ ਹਾਸਲ ਕਰਦੀ ਹੈ ਏਦਾਂ ਦਾ ਬੋਲ ਬੋਲ ਕੇ ਉਹਨੇ ਪਦਮਸ਼ਰੀ ਪੁਰਸਕਾਰ ਹਾਸਲ ਕੀਤਾ ਜਿੱਦਾਂ ਦਾ ਉਹ ਬੋਲਦੀ ਐ ਤੇ ਜਿਵੇਂ ਉਹ ਝੋਲੀ ਚੱਕ ਬਣੀ ਹੋਈ ਐ ਉਹਨੂੰ ਭਾਰਤ ਰਤਨ ਵੀ ਮਿਲ ਸਕਦਾ ਕਿਸੇ ਦਿਨ ਇਹ ਵੀ ਗੱਲ ਪੱਕੀ ਆ ਕਿਉਂਕਿ ਉਹਨੇ ਇਹ ਗੱਲ ਕਹਿਣੀ ਆ ਜੀ ਕਿ ਜੋ ਕੁਝ ਵੀ ਹੋਇਆ ਉਹਦੇ ਪਾਪਾ ਜੀਏ ਜਿਹੜੇ ਉਹਨਾਂ ਨੇ ਕੀਤਾ ਕਿਉਂਕਿ ਉਹਨੇ ਤਾਂ ਹਮੇਸ਼ਾ ਹੀ ਇਹ ਗੱਲ ਕਹਿਣੀ ਆ ਤੁਸੀਂ ਦੇਖੋ ਵੀ ਅੱਜ ਤੱਕ ਜਦੋਂ ਵੀ ਕਿਸੇ ਮੁੱਦੇ ਦੇ ਉੱਤੇ ਸਹੀ ਤਰੀਕੇ ਦੇ ਨਾਲ ਸੰਜੀਦਾ ਤਰੀਕੇ ਨਾਲ ਬੋਲਣ ਦੀ ਲੋੜ ਪਈ ਉਹਨੇ ਇੱਕ ਤਰਫਾ ਗੱਲ ਕੀਤੀ ਆ ਉਹਨੇ ਕਦੇ ਵੀ ਇਹ ਗੱਲ ਨਹੀਂ ਕੀਤੀ ਵੀ ਇਹ ਚ ਨਿਰਪੱਖਤਾ ਨਾਲੀ ਚੀਜ਼ ਹੋਵੇ ਕਿਸਾਨ ਉਹਨੂੰ ਅਤਵਾਦੀ ਦੱਸਦੇ ਆ ਜਦੋਂ ਉਹਨੇ ਆ ਪਦਮਸ਼ਰੀ ਪੁਰਸਕਾਰ ਮਿਲਿਆ ਤੇ ਨਾਲ ਦੀ ਨਾਲ ਉਹਦਾ ਇੱਕ ਵੀਡੀਓ ਆਈ ਉਹਦੇ ਵਿੱਚ ਉਹ ਇਹ ਗੱਲ ਕਹਿ ਰਹੀ ਹੈ ਜੀ ਕਿ ਮੈਨੂੰ ਆਪਣੇ ਕੰਮ ਕਰਕੇ ਬਹੁਤ ਸਾਰੇ ਮਾਨ ਸਨਮਾਨ ਮਿਲੇ ਪੁਰਸਕਾਰ ਮਿਲੇ ਪਰ ਜਿਹੜਾ ਇਹ ਪਦਮਸ਼ਰੀ ਪੁਰਸਕਾਰ ਆ ਇਹ ਮੈਨੂੰ ਜਹਾਦੀਆਂ ਅੱਤਵਾਦੀਆਂ ਤੇ ਭਾਰਤ ਵਿਰੋਧੀਆਂ ਦੇ ਖਿਲਾਫ ਬੁਲਟ ਕਰਕੇ ਮਿਲਿਆ ਤੇ ਉਹ ਜਿਹੜੇ ਭਾਰਤ ਵਿਰੋਧੀ ਕੌਣ ਆ ਉਹਦੀ ਨਜ਼ਰ ਦੇ ਵਿੱਚ ਕਿਸਾਨ ਵੀ ਹੈ ਤੇ ਮੁਸਲਮਾਨ ਵੀ ਹੈ ਸੋ ਇਸ ਕਰਕੇ ਉਹਦੀ ਇਹ ਸੋਚ ਦੇ ਉੱਤੇ ਗਰਕੀ ਹੋਈ ਸੋਚ ਦੇ ਉੱਤੇ ਹੈਰਾਨੀ ਹੋ ਸਕਦੀ ਹੈ ਵੀ ਉਹ ਕਿਹੜੇ ਰਾਹ ਦੇ ਉੱਤੇ ਤੁਰ ਰਹੀ ਹੈ ਟੰਗਣਾ ਰਡੌਤ ਨੂੰ ਇਹ ਗੱਲਾਂ ਕਰਨ ਕਰਕੇ ਵਾਈਪਲਸ ਸਿਕਿਉਰਿਟੀ ਮਿਲੀ ਆ ਇਹ ਗੱਲਾਂ ਕਰਨ ਦੇ ਕਰਕੇ ਉਹਨੂੰ ਹੋਰ ਵੀ ਬੜਾ ਕੁਝ ਮਿਲਣ ਦੀ ਆਸ ਆ ਸ਼ਾਇਦ ਉਹਨੂੰ ਹਿਮਾਚਲ ਪ੍ਰਦੇਸ਼ ਚੋ ਲੋਕ ਸਭਾ ਦੀ ਸੀਟ ਵੀ ਮਿਲੂਗੀ ਉਹਨੂੰ ਟਿਕਟ ਮਿਲ ਜਾਣੀ ਆ ਪਰ ਅਗਲੀ ਗੱਲ ਇਹ ਆ ਵੀ ਅਸੀਂ ਤਾਂ ਜਾਣਦੇ ਆ ਵੀ ਸਾਡੇ ਸ਼ਹੀਦਾਂ ਨੇ ਕਿਹੜੇ ਕਿਹੜਿਆਂ ਨੇ ਕੁਰਬਾਨੀਆਂ ਕੀਤੀਆਂ ਕਿਵੇਂ ਲਾੜੀ ਮੌਤ ਨਾਲ ਵਿਆਹ ਚ ਆਇਆ ਕਿਵੇਂ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਹੋਰ ਬੜੀਆਂ ਸ਼ਖਸੀਅਤਾਂ ਮਹਾਨ ਹਸਤੀਆਂ ਕਰਤਾਰ ਸਿੰਘ ਸਰਾਭਾ ਵਰਗੀਆਂ ਉਹਨਾਂ ਨੇ ਕਿਸ ਤਰੀਕੇ ਨਾਲ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਜਿਹੜੀ ਆਜ਼ਾਦੀ ਦੀ ਗੱਲ ਕਰਨੀ 14 ਦੇ ਵਿੱਚ ਉਦੋਂ ਕਿਹਦੀ ਕਿਹਦੀ ਜਾਣ ਗਈ ਆ ਫਿਰ ਇਹ ਦੱਸ ਦੇਵੇ ਜਿਨ੍ਹਾਂ ਨੇ ਆਪਾਂ ਢੋਲੀ ਚੱਕਾ ਬਿਲਕੁਲ ਨਾਲੇ ਉਹ ਜਿਹਨੂੰ ਗੁਲਾਮ ਭਾਰਤ ਕਹਿੰਦੀ ਆ ਵੀ ਭਾਈ ਹੁਣ ਤਾਂ ਆਜ਼ਾਦੀ ਮਿਲੀ ਨਹੀਂ ਸੀ ਤਾਂ ਭੀਖ ਆ ਇਸ ਭੀਖ ਦੇ ਸਮੇਂ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਆਈ ਉਹ ਵੀ ਭਾਜਪਾ ਦੇ ਸੀ ਸੋ ਮਤਲਬ ਇਹ ਆ ਵੀ ਜਿਹੜਾ ਉਹਨੂੰ ਕੁਝ ਦੇਵੇ ਉਹ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਉਹ ਵਾਲੀ ਗੱਲ ਆ ਹੋਰ ਉਹਦੇ ਪਿੱਡ ਪੱਲੇ ਕੁਝ ਨਹੀਂ ਆ ਜੀ ਬਿਲਕੁਲ ਸੋ ਲਗਾਤਾਰ ਇਸ ਵਿਵਾਦਿਤ ਬਿਆਨ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਾਂ ਹੋਰ ਵੀ ਵਿਰੋਧੀ ਪਾਰਟੀਆਂ ਜਾਂ ਹੋਰ ਵੀ ਲੋਕ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਦਮਸ਼੍ਰੀ ਦਾ ਸਨਮਾਨ ਵਾਪਸ ਲੈ ਲਿਆ ਜਾਣਾ ਚਾਹੀਦਾ ਤੇ ਮੈਡਮ ਦਾ ਕਹਿਣਾ ਹੈ ਕਿ ਮੇਰੇ ਸਵਾਲਾਂ ਦਾ ਜਵਾਬ ਦਿਓ ਜੇ ਤੁਸੀਂ ਮੈਨੂੰ ਹਰਾ ਦੋਗੇ ਤਾਂ ਮੈਂ ਪਦਮਸ਼੍ਰੀ ਵਾਪਸ ਕਰਦਾ ਨਹੀਂ ਉਹ ਜਿਹੜਾ ਕੰਮ ਆਪਦਾ ਉਹ ਕਰੇ ਹਰਾਉਣ ਨੂੰ ਇਹ ਬਠੀ ਐ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਅਸੀਂ ਤਾਂ ਇਸ ਦੀ ਗੱਲ ਵੀ ਕਰ ਅਲ ਇਹ ਆ ਕਿ ਉਹ ਕਹਿੰਦੀ ਆ ਕਿ ਮੈਨੂੰ ਹਰਾ ਦਿਓ ਵੀ ਸਾਰੀ ਦੁਨੀਆ ਉਹਦੇ ਵਾਸਤੇ ਵਿਹਲੀ ਬੈਠੀ ਆ ਉਹਨੇ ਬਕਵਾਸ ਕਰਤੀ ਬਾਅਦ ਦੇ ਵਿੱਚ ਫਿਰ ਉਹਦੀ ਕੱਲੀ ਕੱਲੀ ਗੱਲ ਦਾ ਉੱਤਰ ਦੇਗੇ ਜਾਂ ਤਾਂ ਇਹ ਹੋਵੇ ਜੀ ਕਿ ਉਹ ਕਹੇ ਜੀ ਕਿ ਮੈਂ মিডিਏ ਦੇ ਮੂਹਰੇ ਆਉਣੀ ਆ ਮੈਨੂੰ ਕਰ ਲੋ ਤਿੱਖੇ ਸਵਾਲ ਹੁਣ ਘਰ ਦੇ ਵਿੱਚ ਉੱਤਰ ਦੇਣ ਜਾਵੇ ਕਿ ਘਰ ਦੇ ਵਿੱਚ ਉਹਨੇ ਸਵਾਲ ਕਰਨੀ ਜਾਵੇ ਜਿਹੜੀ ਔਰਤ ਜਾਂਦੀ ਨਹੀਂ ਸੀ ਅਦਾਲਤ ਦੇ ਵਿੱਚ ਪੇਸ਼ੀ ਦੇ ਉੱਤੇ ਉਹਨੇ মিডিਏ ਦੇ ਮੂਹਰੇ ਕਿੱਥੇ ਆਉਣਾ মিডিਏ ਦੇ ਵਿੱਚ ਵੀ ਉਹ ਉੱਥੇ ਜਾਊਗੀ ਜਿੱਥੇ ਉਹਦੇ ਵਰਗਾ ਸੋ ਇਸ ਕਰਕੇ ਕੰਗੜਾ ਰਣਾਉ ਤੇ ਜਿਹੜੀ ਕਿ ਇਹ ਗੱਲ ਕਹਨੀ ਕਿ ਮੈਂ ਰਾਜਪੂਤਾਂ ਦੇ ਖਾਨਦਾਨ ਚੋਂ ਆ ਮੈਂ ਤਾਂ ਜੀ ਬਹੁਤ ਇਰਤ ਇੱਕ ਬਿਆਨ ਤੁਸੀਂ ਸ਼ਾਇਦ ਲੰਘੇ ਵੇਲੇ ਦੇ ਵਿੱਚ ਪੜਿਆ ਨਹੀਂ ਹੋਣਾ ਕਹਨੀ ਜੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਮੇਰੇ ਸੁਭਾਅ ਦੇ ਵਿੱਚ ਗੈਰਤਮੰਦੀ ਸੀ ਮੇਰੇ ਪਿਤਾ ਜੀ ਮੈਨੂੰ ਅਕੇ ਜੀ ਡਾਕਟਰ ਬਣਾਉਣਾ ਚਾਹੁੰਦੇ ਸੀ ਜੀ ਉਹ ਮੇਰੇ ਉੱਤੇ ਸਖਤੀ ਬਹੁਤ ਵਰਤਦੇ ਸੀ ਹਮ ਇੱਕ ਵਾਰ ਉਹਨਾਂ ਨੇ ਮੇਰੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਪਿਤਾ ਜੀ ਦਾ ਹੱਥ ਮੋਹਰੋ ਫੜ ਲਿਆ ਹਮ ਮੈਂ ਕਿਹਾ ਜੇਕਰ ਇਹ ਮੇਰੇ ਥੱਪੜ ਵੱਜ ਜਾਂਦਾ ਮੈਂ ਤੁਹਾਡੇ ਦੋ ਮਾਰਦੀ ਹਮ ਜਿਹੜੀ ਆਪਦੇ ਪਿਓ ਦੇ ਬਾਰੇ ਇਹ ਗੱਲ ਕਹਿੰਦੀ ਆ ਉਹਨੇ ਪਾਪਾ ਹੀ ਹੋਰ ਬਣਾ ਲਿਆ ਹੁਣ ਉਹਨੂੰ 14 ਕਰਕੇ ਇਹੀ ਸਾਰਾ ਕੁਝ ਦਿਸਦਾ ਹੈਗਾ ਸੋ ਹੈਰਾਨੀ ਹੁੰਦੀ ਏ ਇਸ ਗੱਲ ਦੇ ਉੱਤੇ ਵੀ ਜਿਹੜਾ ਕੰਮ ਆਈ ਦੀ ਥਲਾਈ ਵੀ ਫਿਲਮਾ ਉਹਨੂੰ ਗਵਾਂਢਗਨ ਨਹੀਂ ਪੁੱਛਿਆ ਤੇ ਹੁਣ ਕੰਮ ਉਹ ਕਰਨਾ ਜਿਹੜਾ ਕੰਮ ਨਹੀਂ ਹੈਗਾ ਲੱਕੜ ਦੇ ਘੋੜੇ ਤੇ ਬੈਠ ਕੇ ਚਾਂਸੀ ਦੀ ਰਾਣੀ ਬਣਨ ਵਾਲੀ ਬੀਬੀ ਇਹ ਗੱਲਾਂ ਕਰਨੀ ਵੀ ਭਾਈ ਆਜ਼ਾਦੀ ਕਿਵੇਂ ਮਿਲੀ ਤੇ ਕਿਵੇਂ ਨਹੀਂ ਹੈਰਾਨੀ ਹੁੰਦੀ ਹੈ ਬਿਲਕੁਲ ਸੋ ਲਗਾਤਾਰ ਇਸ ਵਿਵਾਦਿਤ ਬਿਆਨ ਦੇ ਉੱਪਰ मैडम अड़ेग ने माफी तक ही मांगनी लगातार अपने ही दाप पेज खेल रहे ਨੇ ਟੈਨਸਬ ਸਾਥ ਵੀ ਕਈ ਜਨੇ ਦੇ ਰਹੇ ਨੇ ਬੀਤ ਦਿਨ ਪਤਾ ਲੱਗਾ ਸੀ ਕਿ ਇੱਕ ਸਾਥੀ ਵੀ ਮਿਲ ਗਿਆ ਉਹ ਕਹਿ ਰਿਹਾ ਕਿ ਕੰਗਨਾ ਰਣੌਤ ਠੀਕ ਕਹਿ ਰਹੀ ਹੈ ਫਿਰ ਇਸ ਸਬਦੇ ਨਾਲ ਹੌਸਲੇ ਬੁਲੰਦ ਹੁੰਦੇ ਨੇ ਪਰ ਸਵਾਲ ਤਾਂ ਹੁਣ ਉਦੋਂ ਖੜਾ ਹੁੰਦਾ ਨਾ ਕਿ ਨਿੱਕੀ ਜੀ ਵਿਰੋਧੀਆਂ ਦੀ ਨਿੱਕੀ ਜੀ ਛੱਕ ਤੇ ਡਿਬੇਟਾਂ ਹੋ ਜਾਂਦੀਆਂ ਨੇ ਮੈਡਮ ਨੇ ਐਡੀ ਵੱਡੀ ਗੱਲ ਕਰ ਦਿੱਤੀ ਨਾ ਤਾਂ ਗੋਦੀ মিডিਆ ਡਿਬੇਟ ਕਰ ਰਿਹਾ ਤੇ ਨਾ ਹੀ ਕੋਈ ਵੱਡੇ ਪੱਧਰ ਦੇ ਉੱਪਰ ਕੋਈ ਕਾਰਵਾਈ ਹੋਈ ਹੈ ਇਹ ਹੀ ਕੋਈ ਵਿਰੋਧੀ ਨੇ ਕਿਹਾ ਹੁੰਦਾ ਤਾਂ ਹੁਣ ਤੱਕ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮਾਮਲਾ ਵੀ ਦਰਜ ਹੋ ਜਾਣਾ ਸੀ ਬਿਲ ਸਹੀ ਹੈ ਬਿਲਕੁਲ ਸੋ ਇਸੇ ਦੇ ਵਿੱਚ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਜੋ ਕੰਗਣਾ ਰਣੌਦ ਦੇ ਖਿਲਾਫ ਗੁੱਸਾ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਡਮ ਵੱਲੋਂ ਹੁਣ ਮਾਫੀ ਮੰਗੀ ਜਾਂਦੀ ਹੈ ਜਾਂ ਫਿਰ ਆਪਣੇ ਬਿਆਨ ਨੂੰ ਕਿਤੇ ਨਾ ਕਿਤੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਟੈਣਾ ਸਾਹਿਬ ਅ ਲਗਾਤਾਰ ਹੁਣ ਚੋਣਾ ਆ ਰਹੀਆਂ ਨੇ ਪੰਜ ਰਾਜਾਂ ਚ ਹੋਣੀਆਂ ਪੰਜਾਬ ਖਾਸ ਚਰਚਾ ਦਾ ਵਿਸ਼ਾ ਹੈ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਇਸ ਸਭ ਦੇ ਵਿੱਚ ਕਿਉਂਕਿ ਜਦੋਂ ਕੰਗਣਾ ਰਣੋਤ ਨੂੰ ਸਨਮਾਨ ਦਿੱਤਾ ਗਿਆ ਸੀ ਪੁਰਸਕਾਰ ਦਿੱਤਾ ਗਿਆ ਸੀ ਲੋਕਾਂ ਦਾ ਸਵਾਲ ਸੀ ਕਿ ਸੋਨੂ ਸੂਦ ਕਿਉਂ ਨਹੀਂ ਕਿਉਂਕਿ ਸੋਨੂ ਸੂਦ ਨੇ ਕਰੋਨਾ ਦੌਰਾਨ ਜੋ ਸੇਵਾ ਕੀਤੀ ਹੈ ਨਾ ਉਹ ਕਾਬਿਲ ਇਤਾਰੀਫ ਹੈ ਕਿਤੇ ਨਾ ਕਿਤੇ ਲੋਕਾਂ ਚ ਗਿਲਾ ਸ਼ਿਕਵਾ ਸੀ ਕਿ ਸੋਨੂ ਸੂਦ ਨੂੰ ਅਣਗੋਲਿਆ ਕਿਉਂ ਕੀਤਾ ਗਿਆ ਦੂਜੇ ਪਾਸੇ ਹੁਣ ਸੋਨੂ ਸੂਦ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਆਪਣੀ ਭੈਣ ਦੇ ਜ਼ਰੀਏ ਦੋਨਾਂ ਬਾਰੇ ਕੀ ਟਿੱਪਣੀ ਕਰੋ ਦੇਖੋ ਸੋਨੂ ਸੂਦ ਇੱਕ ਸਿਆਣਾ ਬੰਦਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਜੀ ਸੋਨੂ ਸੂਦ ਨੇ ਲੋਕਡਾਊਨ ਦੇ ਵਿੱਚ ਸਰਕਾਰਾਂ ਨਾਲੋਂ ਵੱਧ ਕੰਮ ਕਰ ਦਿਖਾਇਆ ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਜੀ ਸੋਨੂ ਸੂਦ ਇੱਕ ਮਸ਼ਹੂਰ ਕਲਾਕਾਰ ਆ ਪੰਜਾਬ ਦੇ ਨਾਲ ਪਛੋਕੜ ਜੁੜਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ 6-7 ਮਹੀਨੇ ਪਹਿਲਾਂ ਮੇਰੇ ਇੱਕ ਮੋਗੇ ਤੋਂ ਪੱਤਰਕਾਰ ਦੋਸਤ ਨੇ ਮੈਨੂੰ ਕਿਹਾ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਇਹ ਟੌਣ ਲੜੂਗੀ ਮੈਂ ਕਿਹਾ ਜੀ ਇਹ ਤੇਰਾ ਅੰਦਾਜ਼ਾ ਕਿ ਸਹੀ ਜਾਣਕਾਰੀ ਹੈ ਕਹਿੰਦਾ ਮੇਰਾ ਅੰਦਾਜ਼ਾ ਮੰਨੋ ਜਾਂ ਸਹੀ ਜਾਣਕਾਰੀ ਮੰਨੋ ਪਰ ਉਹ ਲੜੂਗੀ ਤੇ ਹੁਣ ਮੈਨੂੰ ਉਸ ਦੋਸਤ ਦੀ ਜਾਣਕਾਰੀ ਦੇ ਉੱਤੇ ਰਸ਼ਕ ਹੁੰਦਾ ਵੀ ਯਾਰ ਉਹਨੇ ਬਿਲਕੁਲ ਸਹੀ ਕਿਹਾ ਸੀ ਤੇ ਉਹਦਾ ਧੰਨਵਾਦ ਆ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਗੂੰਜਣ ਤਾਂ ਲੱਗ ਪਈ ਨਾ ਵੀ ਇੰਉਂ ਵੀ ਹੋ ਸਕਦਾ ਇੱਕ ਇਸ਼ਾਰਾ ਮਿਲ ਗਿਆ ਇਹ ਸੂਤਰ ਹੁੰਦੇ ਨੇ ਇਹ ਸੂਤਰ ਅਗਲੀ ਗੱਲ ਇਹ ਹੈ ਜੀ ਕਿ ਸੋਨੂ ਸੂਦ ਨੇ ਪਿਛਲੇ ਕੁਝ ਕ ਹਫ਼ਤੇ ਪਹਿਲਾਂ ਅਰਵਿੰਦ ਕੇਦਰੀਵਾਲ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਜੀ ਉਹਨੇ ਪ੍ਰੈਸ ਕਾਨਫਰੰਸ ਜਦੋਂ ਕੀਤੀ ਤੇ ਆਸ ਇਹ ਸੀ ਇਸ ਗੱਲ ਦੀ ਬਚ ਗਈ ਕਿ ਸੋਨੂ ਸੂਦ ਹੁਣ ਰਾਜਨੀਤੀ 'ਚ ਆਉ। ਹੂੰ ਪਰ ਮੈਨੂੰ ਉਦੋਂ ਲੱਗਦਾ ਸੀ ਵੀ ਉਹ ਆਪ ਰਾਜਨੀਤੀ ਵਿੱਚ ਬਿਲਕੁਲ ਨਹੀਂ ਆਉ। ਉਹਦਾ ਕਾਰਨ ਇਹ ਹੈ ਵੀ ਜੇਕਰ ਉਹ ਆਪ ਆ ਗਿਆ ਫਿਰ ਤਾਂ ਇੱਕ ਧੜੇ ਦਾ ਹੋ ਕੇ ਰਹਿ ਗਿਆ। ਹੂੰ ਫਿਰ ਉਹਦੀਆਂ ਫਿਲਮਾਂ ਕਿਵੇਂ ਚੱਲਣਗੀਆਂ? ਬਿਲਕੁਲ ਫਿਰ ਜਿਹੜੇ ਲੋਕ ਗੱਲ ਨਿੱਕੀ ਨਿੱਕੀ ਗੱਲ ਤੇ ਧਰਮ ਦਾ ਮੁੱਦਾ ਬਣਾਉਂਦੇ ਆ ਉਹਨਾਂ ਨੇ ਫਿਲਮ 'ਚੋਂ ਇੱਕ ਸੀਨ ਟੱਕਿਆ ਕਰਨਾ ਸਿਨੇਮੇ ਦੇ ਪੂਰੇ ਪ੍ਰਦਰਸ਼ਨ ਕਰਦਿਆ ਕਰਨਾ। ਬਿਲਕੁਲ ਆਪ ਨਹੀਂ ਉਹ ਆਉ ਕਿਸੇ ਦੇਰ ਆਹੀਂ ਆਊ ਟੱਬਰ ਦੇ ਜੀ ਰਹੀਂ ਆਉ। ਹੂੰ ਫਿਰ ਉਹਨੇ ਗੁਪਤ ਤਰੀਕੇ ਨਾਲ ਉਹਨੇ ਕਹੇ ਜੀ ਕਿ ਚੰਨੀ ਪੰਜਾਬ ਚ ਦਿੱਲੀ ਚ ਕੇਦਰੀਵਾਲ ਦੋਨੋਂ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਅੱਜ ਵੀ ਤਰੀਕੇ ਦੇ ਵਿੱਚ 100 ਦੇ ਵਿੱਚੋਂ 95% ਦੀ ਆਸ ਆ ਵੀ ਸੋਨੂ ਸੂਤ ਦੀ ਭੈਣ ਕਾਂਗਰਸ ਦੇ ਵੱਲੋਂ ਚੋਣ ਲੜੂਗੀ ਕਿਉਂਕਿ ਚੰਨੀ ਹੋਰੀ ਦੋ ਕੰਮ ਬਰਾਬਰ ਬਰਾਬਰ ਕਰ ਰਹੇ ਆ ਇੱਕ ਤਾਂ ਆਮ ਆਦਮੀ ਪਾਰਟੀ ਦਾ ਟ੍ਰੈਂਡ ਉਹਨਾਂ ਨੇ ਚੱਕ ਲਿਆ ਵੀ ਤੁਰੇ ਜਾਂਦੇ ਬੰਦੇ ਨੂੰ ਮਿਲ ਲਓ ਜੱਫੀ ਪਾ ਲੋ ਵਟ ਤੇ ਬਹਿ ਕੇ ਰੋਟੀ ਖਾ ਲੋ ਬਾਟੀ ਦੀ ਚਾਹ ਪੀ ਲੋ ਗਾਂ ਦਾ ਰੈਸਕਿਊ ਕੀਤਾ ਗਿਆ ਵੀ ਗਾਂ ਨੂੰ ਬਚਾ ਲੋ ਇਹ ਉਹਨਾਂ ਦੇ ਚਲੋ ਪੋਜ਼ਿਟਿਵ ਗੱਲਾਂ ਵੀ ਮੰਨਦਾ ਜੇਕਰ ਇਹ ਲਗਾਤਾਰ ਜਾਰੀ ਰਹਿਣ ਤਾਂ ਇਹ ਫਿਲਮ ਦੇ ਪ੍ਰਚਾਰ ਵਗੋਂ 2 ਮਹੀਨੇ ਨਾ ਰਹਿਣ ਇੱਕ ਇਹ ਵੀ ਗੱਲ ਆ ਦੂਜੀ ਗੱਲ ਇਹ ਕਿ ਜੋ ਵੀ ਵੀ ਆਈਪੀ ਕਲਚਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਵੀ ਕੈਪਟਨ ਹੋਰੀ ਤਾ ਉਹਦੇ ਘੁਰਨੇ ਚੋਂ ਬਾਹਰ ਹੀ ਨਹੀਂ ਨਿਕਲੇ ਗੁਫਾ ਚੋਂ ਹੀ ਨਹੀਂ ਬਾਹਰ ਆਏ ਲੋਕ ਇਹ ਗੱਲ ਕਹਿੰਦੇ ਆ ਬਿਲਕੁਲ ਵੀ ਉਹ ਸਿਸਵਾ ਫਾਰਮ ਹਾਊਸ ਤੋਂ ਹੀ ਸਰਕਾਰ ਚਲਾਈ ਗਏ ਤੇ ਹੁਣ ਉਹ ਚੰਨੀ ਹੋਰੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਵੀ ਇੱਕੋ ਜਿਹੇ ਨਹੀਂ ਸੋ ਮੈਨੂੰ ਲੱਗਦਾ ਜੀ ਕਿ ਸੋਨੂ सूद ਹੋਰੀ ਪ੍ਰਚਾਰ ਕਰਨਗੇ ਤੇ ਕੋਈ ਵੀ ਪਾਰਟੀ ਸੋਨੂ सूद ਦੀ ਭੈਣ ਨੂੰ ਟਿਕਟ ਦੇਣ ਵਾਸਤੇ ਤਿਆਰ ਬਰ ਤਿਆਰ ਹ ਉਹਦਾ ਕਾਰਨ ਇਹ ਵੀ ਇੱਕ ਟਿਕਟ ਦੇ ਕੇ ਜੇਕਰ ਪੂਰੇ ਪੰਜਾਬ ਚ ਪ੍ਰਚਾਰ ਕਰਾਉਣਾ ਹੋਵੇ ਤਾਂ ਇਸ ਤੋਂ ਸਸਤਾ ਕੀ ਪਊਗਾ ਉਹ ਆਪ ਵਾਲੇ ਵੀ ਚਾਹਣਗੇ ਅਕਾਲੀ ਦਲ ਵੀ ਚਾਹੂਗਾ ਕਾਂਗਰਸ ਵੀ ਚਾਹੂਗੀ ਬਸਪਾ ਵੀ ਚਾਹੂ ਸਾਰੇ ਚਾਹਣਗੇ ਪਰ ਮੈਨੂੰ 100 ਦੇ ਵਿੱਚੋਂ 95% ਦੀ ਆਸ ਹੈ ਕਾਂਗਰਸ ਦੇ ਵੱਲੋਂ ਚੋਣ ਲੜੀ ਜਾਊਗੀ ਮਾਲਵੇ ਕਸੂਦ ਦੇ ਵੱਲ ਬਿਲਕੁਲ ਸੋ ਇਧਰੋਂ ਕਾਂਗਰਸ ਹੋ ਗਈ ਆਪ ਖੁਦ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੁਹੀਮ ਦੇ ਬ੍ਰਾਂਡ ਅੰਬੈਸਡਰ ਨੇ ਸੋ ਹੁਣ ਸਿਆਸਤ ਦੇ ਵਿੱਚ ਟੈਨਾ ਸਾਹਿਬ ਜਦੋਂ ਸੋਨੂ सूद ਹੋ ਰਹੀ ਐਂਟਰੀ ਕਰਨੀ ਜਾ ਰਹੇ ਨੇ ਕੀ ਲੱਗਦਾ ਹੈ ਕਿ ਸੇਵਾ ਜਾਂ ਸਿਆਸਤ ਕੀ ਰਾਸ ਆਏਗੀ ਕਿਉਂਕਿ ਸੇਵਾ ਨਾਲ ਤਾਂ ਨਾਮ ਨਾ ਖੱਟਿਆ ਗਿਆ ਸਿਆਸਤ ਦੇ ਵਿੱਚ ਤਾਂ ਫਿਰ ਵਿਰੋਧਰੀ ਵਿਰੋਧੀ ਨੇ ਜੋ ਪੋਤੜੇ ਫਰੋਲਣਗੇ ਦੇਖੋ ਗੱਲ ਇਹ ਹੈ ਜੀ ਕਿ ਸੋਨੂ सूद ਨੇ ਆਪਣੀ ਪਰਿਵਾਰਕ ਜੀਆਂ ਦੇ ਨਾਂ ਦੇ ਉੱਤੇ ਟਰਸਟ ਵੀ ਬਣਾਇਆ ਹੋਇਆ ਜੀ ਮੇਰਾ ਖਿਆਲ ਹੈ ਵੀ सूद ਚੈਰਿਟੀ ਟਰਸਟ ਕੁ ਹਮ ਕੰਮਕਾਜੀ ਤਾਂ ਉਹਨਾਂ ਦੀ ਸੰਸਥਾ ਦੇ ਵੱਲੋਂ ਜੱਥੇਬੰਦੀ ਦੇ ਵੱਲੋਂ ਕੀਤੇ ਜਾਂਦੇ ਆ ਹਮ ਚੰਗੀ ਗੱਲ ਆ ਰਾਜਨੀਤੀ ਦੇ ਵਿੱਚ ਉਤਰਨਾ ਮਾੜੀ ਗੱਲ ਨਹੀਂ ਹਮ ਪਰ ਰਾਜਨੀਤੀ ਦੇ ਵਿੱਚ ਉਤਰਨ ਦੇ ਵੇਲੇ ਇਹ ਗੱਲ ਜ਼ਰੂਰ ਸੋਚ ਲੈਣੀ ਚਾਹੀਦੀ ਆ ਹਮ ਵੀ ਤੁਹਾਡੀ ਤੀਜੀ ਪੀੜ੍ਹੀ ਦੇ ਬਾਰੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਤੁਹਾਨੂੰ ਘਰ ਬੈਠਿਆਂ ਨੂੰ ਦੱਸ ਦਿੰਦੇ ਵੀ ਤੁਹਾਡੇ ਦਾਦੇ ਨੇ ਐ ਕੀਤਾ ਸੀ ਤੇ ਪਰਦਾਦੇ ਨੇ ਇਉਂ ਕੀਤਾ ਸੀ ਮਾਨਸਿਕ ਤੌਰ ਦੇ ਉੱਤੇ ਇਹ ਤਿਆਰ ਰਹਿਣਾ ਚਾਹੀਦਾ ਹੂੰ ਸੋਨੂੰ ਸੂਦ ਨੇ ਤਿਆਰੀ ਕੀਤੀ ਹੋਣੀ ਆ ਸਾਰਾ ਕੁਝ ਗੁਣਾ ਘਟਾਓ ਕਰਕੇ ਬੰਦਾ ਜੇਕਰ ਅੱਜ ਕੇਦਰੀਵਾਲ ਨੂੰ ਮਿਲਦਾ ਕੱਲ ਨੂੰ ਚੰਨੀ ਨੂੰ ਮਿਲ ਰਹਿੰਦਾ ਤੇ ਇਹ ਮਿਲਣ ਵੇਲੇ ਵੀ ਸੋਚਿਆ ਹੋਣਾ ਤੇ ਚੋਣ ਲੜਨ ਵੇਲੇ ਵੀ ਸੋਚਿਆ ਹੋਣਾ ਵੈਸੇ ਤਾਜ਼ਾ ਜਾਣਕਾਰੀ ਇਹ ਆ ਵੀ ਕੱਲ ਤੋਂ ਲੰਘੇ ਕੱਲ ਤੋਂ ਸੋਨੂੰ ਸੂਦ ਆਪਣੀ ਭੈਣ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਜਾ ਰਹੇ ਆ ਲੋਕਾਂ ਨੂੰ ਮਿਲਦਾ سلسلہ ਵੀ ਸ਼ੁਰੂ ਕਰਤਾ ਜੀ ਬਿਲਕੁਲ ਸੋ ਇਸੇ ਵਿੱਚ ਟੈਨਾ ਸਾਹਿਬ ਆਮ ਆਦਮੀ ਪਾਰਟੀ ਦੀ ਜਿਹੜੀ ਵਿਧਾਇਕਾ ਰੁਪਿੰਦਰ ਰੂਬੀ ਹੋਰਾਂ ਨੇ ਜਦੋਂ ਪਾਰਟੀ ਛੱਡੀ ਤੇ ਜੋ ਕੁਝ ਆਪ ਦੇ ਬਾਰੇ ਦੇ ਵਿੱਚ ਬੋਲਿਆ ਉਹ ਕਿਤੇ ਨਾ ਕਿਤੇ ਲੱਗਦਾ ਨਹੀਂ ਸੀ ਕਿ ਮੈਡਮ ਐਨਾ ਕੁਝ ਬੋਲ ਜਾਣਗੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਬੰਦੂਕ ਭਗਵੰਤਮਾਨ ਦੇ ਮੋਢੇ ਤੇ ਰੱਖੀ ਹੈ ਕਿ ਕੁਰਬਾਨੀ ਉਹਨਾਂ ਨੇ ਭਗਵੰਤਮਾਨ ਕਰਕੇ ਦਿੱਤੀ ਹੈ ਕਿਉਂਕਿ ਉਹ ਚੰਨ ਨੇ ਕਿ ਅਗਵਾਈ ਭਗਵੰਤਮਾਨ ਕਰੇ ਪਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਲਾਉਂਦੇ ਤੇ ਚੰਨੀ ਸਾਹਿਬ ਤੋਂ ਕਾਫੀ ਪ੍ਰਭਾਵਿਤ ਨੇ ਤੇ ਰੂਬ ਵੀ ਹੀ ਨਹੀਂ ਹੋਰ ਵੀ ਕਈ ਵਿਧਾਇਕ ਹੈ ਜੋ ਚੰਨੀ ਸਾਹਿਬ ਤੋਂ ਕਾਫੀ ਪ੍ਰਭਾਵਿਤ ਨੇ ਦੇਖੋ ਇਹ ਦੋ ਵੱਖ-ਵੱਖ ਗੱਲਾਂ ਭਗਵੰਤਮਾਨ ਨੂੰ ਮੁੱਖ ਮੰਤਰੀ ਨਾ ਅਰੰਗਣਾ ਇਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮੰਨ ਦੇ ਵਿੱਚ ਆ ਮਾੜੀ ਗੱਲ ਆ ਹੁਣ ਤੱਕ ਐਲਾਨ ਦੇਣਾ ਚਾਹੀਦਾ ਜਦੋਂ ਕੁਝ ਹੋਰ ਪੱਲੇ ਹੈ ਨਹੀਂਗਾ ਫਿਰ ਭਗਵੰਤ ਮਾਨ ਤੋਂ ਬਿਨਾ ਹੈ ਕੀ ਹਮ ਪਰ ਮੈਂ ਇਸ ਗੱਲ ਤੋਂ ਨਰਾਸ਼ ਹੋ ਕੇ ਕਾਂਗਰਸ ਚ ਵੜ ਗਈ ਤੁਸੀਂ ਇਸ ਗੱਲ ਤੋਂ ਨਰਾਸ਼ ਹੋ ਕੇ ਆਮ ਆਦਮੀ ਪਾਰਟੀ ਛੱਡ ਦਿਓ ਤੁਸੀਂ ਇਸ ਗੱਲ ਤੋਂ ਨਰਾਸ਼ ਹੋ ਕੇ ਆਮ ਆਦਮੀ ਪਾਰਟੀ ਛੱਡ ਕੇ ਗੱਲ ਕਹੋ ਕਿ ਭਾਈ ਮੈਂ ਰਾਜਨੀਤੀ ਕਰਨੀ ਨਹੀਂ ਮੈਂ ਤਾਂ ਹੁਣ ਕਿਸੇ ਹੋਰ ਪਾਰਟੀ ਦੇ ਵੱਲ ਜਾਊਂਗੀ ਤੁਸੀਂ ਤਾਂ ਅੱਜ ਆਪਣਾ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਭੇਜਦੇ ਆ ਤੇ ਰਾਤੋ ਰਾਤ ਤੁਹਾਡੀ ਗੱਲ ਹੋ ਜਾਂਦੀ ਵੀ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਦੋ ਜਣਿਆਂ ਦੇ ਵਿਚਾਲੇ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਮਤਲਬ ਤੁਹਾਡੀ ਗੀਟੀ ਸਿਟੀ ਪਹਿਲਾਂ ਹੀ ਸੀ ਸਾਰੇ ਪਾਸੇ ਸੋ ਇਹਦੇ ਵਿੱਚ ਇਹ ਗੱਲ ਨਹੀਂ ਵੀ ਭਾਈ ਭਗਵਾਨ ਜੀ ਤਮਨ ਨੂੰ ਸੀਐਮ ਕੈਂਡੀਡੇਟ ਨਹੀਂ ਲਾਣਾ ਤੇ ਮੈਂ ਜਾ ਕੇ ਤਾਂ ਗਰਚ ਚੜ ਗਈ ਤੁਸੀਂ ਕਹੋ ਜੀ ਕਿ ਮੈਂ ਆਮ ਆदमी ਪਾਰਟੀ ਤੋਂ ਨਰਾਸ਼ ਆ ਜਿੰਨੀ ਦੇਰ ਤੱਕ ਭਗਵੰਤ ਮਾਨ ਨੂੰ ਨਹੀਂ ਐਲਾਨਦੇ ਉਨੀ ਦੇਰ ਤੱਕ ਮੈਂ ਸਰਗਰਮ ਰਹਿਣਾ ਨਹੀਂ ਜਿਹੜੇ ਕਿ ਪਹਿਲਾਂ ਵੀ ਨਹੀਂ ਸੀ ਸੋ ਉਹਨਾਂ ਨੂੰ ਇਹ ਚਾਹੀਦਾ ਸੀ ਕਹਿਣਾ ਵੀ ਮੈਂ ਭਾਈ ਆਪ ਦੇ ਵਿੱਚ ਰਹਿਣਾ ਹੀ ਨਹੀਂ ਤੇ ਕਿਸੇ ਹੋਰ ਵੱਲ ਜਾਣਾ ਹੀ ਨਹੀਂ ਹੋਰ ਵੱਲ ਨਹੀਂ ਜਾਣਾ ਇਹਦਾ ਮਤਲਬ ਇਹ ਸੀ ਕਿਉਂਕਿ ਤੁਸੀਂ ਰਵਾਇਤੀ ਪਾਰਟੀਆਂ ਨੇ ਕੀਤਾ ਕੁਝ ਨਹੀਂ ਇਹ ਗੱਲ ਕਹਿ ਕੇ ਵਿਧਾਇਕਾ ਬਣੀ ਸੀ ਜੀ ਬਿਲਕੁਲ ਸੋ ਲਗਾਤਾਰ ਹੁਣ ਟਿਕਟਾਂ ਕਰਕੇ ਜੋ ਕਾਟੋ ਕਲੇ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਪਏਗਾ ਇਹ ਜਿਹੜੀ ਟਿਕਟਾਂ ਕਰਕੇ ਹੁਣ ਲੜਾਈ ਹੋਏਗੀ ਇਹ ਸੁਰਖੀਆਂ ਦਾ ਕੇਂਦਰ ਬਣੇਗੀ ਕਿਉਂਕਿ ਅਕਾਲੀ ਦਲ ਵਾਲ ਵੀ ਕਿਤੇ ਨਾ ਕਿਤੇ ਕਲੇਸ਼ ਪਿਆ ਹੋਇਆ ਚੰਦੂ ਮਾਜਰਾ ਨੂੰ ਟਿਕਟ ਦੇਣ ਤੋਂ ਬਾਅਦ ਬੀਬੀ ਮੁਖਮੈਲਪੁਰ ਦੇ ਵੱਲੋਂ ਬਾਗੀ ਸੋਰ ਸੁਣਾਈ ਜਾ ਰਹੇ ਨੇ ਭੜਕ ਰਹੇ ਨੇ ਐਦਰੋ ਆਪ ਵਿਧਾਇਕਾ ਜੋ ਰੁਪਿੰਦਰ ਕੋਰ ਰੂਬੀ ਹੁਣ ਜੋ ਪਾਰਟੀ ਛੱਡ ਚੁੱਕੀ ਹੈ ਕਾਂਗਰਸ ਵਿੱਚ ਜਾ ਚੁੱਕੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਕੋਲ ਜਾਣ ਦੇ ਤੱਕ ਕਿੰਨੀਆਂ ਦਲ ਬਦਲੀਆਂ ਹੁੰਦੀਆਂ ਨੇ ਤੇ ਸਿਆਸਤ ਕੀ ਰੰਗ ਲੈਂਦੀ ਹੈ ਇਸ ਤੇ ਵੀ ਚਾਰਚਰਚਾ ਕਰਦੇ ਰਹਾਂਗੇ ਟੈਣਾ ਸਾਹਿਬ ਕਿਸਾਨੀ ਸੰਘਰਸ਼ ਦਾ ਕੀ ਹਾਲ ਹੈ ਦੇਖੋ ਕਿਸਾਨੀ ਸੰਘਰਸ਼ ਜੀ ਆ 26 ਤਰੀਕ ਨੂੰ 1 ਸਾਲ ਪੂਰਾ ਹੋ ਜਾਣਾ ਇਹ 1 ਸਾਲ ਪੂਰਾ ਹੋਣ ਤੇ ਬਾਰਡਰਾਂ ਦੇ ਉੱਤੇ ਇਕੱਠ ਵੀ ਵੱਡਾ ਹੋਊਗਾ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ 22 ਤਰੀਕ ਨੂੰ ਲਖਨਊ ਦੇ ਵਿੱਚ ਸਯੁਜਕਤ ਕਿਸਾਨ ਮੋਰਚੇ ਦੀ ਬਹੁਤ ਵੱਡੀ ਮਹਾਪੰਚਾਇਤ ਹੋਣ ਲੱਗੀ ਆ ਰਕੇਸ਼ਟ ਕੈਤਰੀ ਗਵਾਈ ਚ ਜੀ 29 ਤਰੀਕ ਨੂੰ ਪਾਰਲੀਮੈਂਟ ਦਾ ਸਰਦਰੋਤ ਸੈਸ਼ਨ ਸ਼ੁਰੂ ਹੋਣਾ ਉਹ ਸੈਸ਼ਨ ਦੇ ਮੱਦੇਨਜ਼ਰ 500 ਕਿਸਾਨ ਹਰ ਰੋਜ਼ ਟਿਕਰੀ ਬਾਰਡਰ ਤੋਂ 500 ਹਰ ਰੋਜ਼ ਗਾਜ਼ੀਪੁਰ ਬਾਰਡਰ ਤੋਂ ਤੇ ਉੱਥੇ ਜਾਇਆ ਕਰਨਗੇ ਪਾਰਲੀਮੈਂਟ ਦੇ ਵੱਲ ਪ੍ਰਦਰਸ਼ਨ ਕਰਨ ਦੇ ਲਈ ਕਿਸਾਨ ਆਗੂਆਂ ਨੇ ਗੱਲ ਕਹੀਏ ਮੇਰੀ ਕਲ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਤੇ ਹੋਰ ਕਿਸਾਨ ਆਗੂਆਂ ਨਾਲ ਗੱਲ ਹੋਈ ਹੂੰ ਮੈਂ ਕਿਹਾ ਤੁਸੀਂ ਉੱਥੇ ਜਾਇਆ ਕਰੋਗੇ ਰਾਜ ਤੁਹਾਨੂੰ ਪੁਲਿਸ ਦੇ ਰੋਕ ਲੈ ਤੁਸੀਂ ਉੱਥੋਂ ਮੁੜਿਆ ਕਰੋਗੇ ਇਹ ਕਿਹੜਾ ਦਬਾਅ ਪਿਆ ਹੂੰ ਉਹ ਕਹਿੰਦੇ ਮੁੜਨ ਦਾ ਪ੍ਰੋਗਰਾਮ ਨਹੀਂ ਕੱਲਾ ਜਾਣਦਾ ਹੀ ਆ ਹੂੰ ਉਹ ਕਹਿੰਦੇ ਜਿੱਥੇ ਰੋਕ ਲੈ ਉੱਥੇ ਬਹਿ ਜਾਾਂਗੇ ਅਗਲੇ ਦਿਨ ਫੇਰ ਜਥਾ ਜਾਊਗਾ ਫੇਰ ਜਥਾ ਜਾਊਗਾ ਫੇਰ ਜਥਾ ਜਾਊਗਾ ਹੂੰ ਅਸੀਂ ਇੱਥੇ ਬਹਿ ਜਾਾਂਗੇ ਫੇਰ ਹੂੰ ਬਾਕੀ ਦੇਖੋ ਵੀ ਇਹਦੇ ਦੂਰ ਰਸੀ ਨਤੀਜੇ ਕੀ ਨਿਕਲਦੇ ਪਰ ਇਹਦੇ ਨਾਲ ਹੀ ਮੈਂ ਗੱਲ ਜੋੜ ਦਿੰਦਾ ਹਰਜੀਤ ਗਰੇਵਾਲ ਹੋਰਾਂ ਨੇ ਕੱਲ ਕਿਹਾ ਹੂੰ ਉਹ ਕਹਿੰਦੇ ਜੀ ਦੇਖੋ ਕਿਸਾਨਾਂ ਦੀ ਮੰਗ ਤਾਂ ਦੋਆਂ ਮਿੰਟਾਂ ਦੇ ਵਿੱਚ ਮੰਨੀ ਜਾਵੇ ਪਰ ਇਹ ਮੀਟਿੰਗ ਕਰਕੇ ਰਾਜ਼ੀ ਹੀ ਨਹੀਂ ਕਿਸਾਨ ਆਗੂ ਹੀ ਨਹੀਂ ਚਾਹੁੰਦੇ ਮਸਲਾ ਹੱਲ ਹੋਵੇ ਬੇਨਤੀ ਗਰੇਵਾਲ ਸਾਹਿਬ ਨੂੰ ਇਹ ਹੈ ਵੀ ਤੁਸੀਂ ਕੰਗਣਾ ਨੌਤ ਵਰਗੇ ਹੋ ਤੁਸੀਂ ਵੀ ਕਦੇ ਨਹੀਂ ਸੋਚ ਕੇ ਬੋਲਿਆ ਤੇ ਉਹਨੇ ਵੀ ਕਦੇ ਨਹੀਂ ਸੋਚ ਕੇ ਬੋਲਿਆ ਗਰੇਵਾਲ ਸਾਹਿਬ ਨੂੰ ਬੇਨਤੀ ਇਹ ਹੈ ਜੀ ਕਿ ਤੁਸੀਂ ਇਹ ਦੱਸੋ ਵੀ ਕਿੰਨੀ ਤਰੀਕ ਦਿੱਤੀ ਸੀ ਕਿਸਾਨਾਂ ਨੂੰ ਵੀ ਆ 5 ਤਰੀਕ ਨੂੰ ਆ 19 ਤਰੀਕ ਨੂੰ ਆ 22 ਤਰੀਕ ਨੂੰ ਆ 26 ਤਰੀਕ ਨੂੰ ਆ 29 ਤਰੀਕ ਨੂੰ ਤੁਸੀਂ ਆਓ ਫਲਾਣੀ ਥਾਂ ਤੇ ਆਓ ਫਲਾਣੇ ਫਲਾਣੇ ਮੰਤਰੀ ਗਣੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਜੇ ਤਾਂ ਤੁਸੀਂ ਤਰੀਕ ਦਿੱਤੀ ਹੈ ਤੇ ਕਿਸਾਨ ਨਹੀਂ ਪਹੁੰਚੇ ਤਾਂ ਕਿਸਾਨ ਆਗੂ ਗਲਤ ਆ ਪਰ ਜੇ ਤੁਸੀਂ ਤਰੀਕ ਕਿਹੜੀ ਦਿੱਤੀ ਤੇ ਵਾਰ-ਵਾਰ ਇੱਕੋ ਗੱਲ ਕਹਿੰਦੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾ ਹੋਰ ਗੱਲ ਕਰ ਲੋ ਤੇ ਹੋਰ ਦੁੱਧ ਪੱਤੀ ਪੀਣ ਨੂੰਣਾ ਉੱਥੇ ਬਿਲਕੁਲ ਮਤਲਬ ਇਹ ਆ ਵੀ ਤੁਸੀਂ ਮੁੱਦੇ ਦੇ ਉੱਤੇ ਕਹਿੰਦੇ ਆ ਵੀ ਆਓ ਨਾ ਗੱਲ ਕਰੋ ਨਾ ਤੇ ਉਦਾਂ ਆ ਜੋ ਦੁੱਖ ਸੁੱਖ ਸਾਂਝਾ ਕਰਦੇ ਆ ਹੂੰ ਬਿਲਕੁਲ ਟੈਨਾ ਸਾਹਿਬ ਜੇਕਰ ਗੁਰੂ ਜੇਹ ਜੇਹ ਗੁਰੂ ਉਹ ਜੇਹ ਚੇਲੇ ਗੁਰੂ ਸਾਹਿਬ ਨੇ ਵੀ ਤਾਂ ਕਹਿ ਹੀ ਦਿੱਤਾ ਸੀ ਮੋਦੀ ਸਾਹਿਬ ਨੇ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਆ ਜੇਕਰ ਉਹ ਫੋਨ ਕਾਲ ਹੀ ਨਹੀਂ ਅਜੇ ਤੱਕ ਮਿਲੀ ਫਿਰ ਤਾਂ ਹਰਜੀਤ ਗਰੇਵਾਲ ਵੀ ਕਹਿ ਹੀ ਸਕਦਾ ਕਿ ਐਤਵਾਰ ਨੂੰ ਪੰਜਾਬ ਦੇ ਬੀਜੇਪੀ ਆਗੂਆਂ ਦਾ ਇੱਕ ਵਫਦਾ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲ ਕੇ ਆਇਆ ਹੂੰ ਤੇ ਮੋਦੀ ਸਾਹਿਬ ਨੂੰ ਇੱਕ ਫੋਨ ਹੀ ਦੇ ਆਉਂਦੇ ਵੀ ਭਾਈ ਆ ਲੋ ਜਾਂ ਮੇਰੇ ਫੋਨ ਤੋਂ ਗੱਲ ਕਰ ਲਓ ਉਹਨਾਂ ਨੂੰ ਕਹਿ ਆਉਂਦੇ ਵੀ ਭਾਈ ਆ ਕਿਸਾਨ ਆਗੂ ਆ ਜਿਹੜੇ 35 ਕਿਲੋਮੀਟਰ ਪਿੱਛੇ ਬੈਠੇ ਆ ਇਹਨਾਂ ਨਾਲ ਗੱਲ ਕਰ ਲਓ ਮੋਦੀ ਸਾਹਿਬ ਵੀ ਆਪਾਂ ਕਿਸਾਨੀ ਮਸਲਾ ਹੱਲ ਕਰਨਾ ਮੈਂ ਤੁਹਾਨੂੰ ਇੱਕ ਦਿਨ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਤਾਂ ਹੱਲ ਹੋਊਗਾ ਹੂੰ ਪਰ ਉਹ ਹੱਲ ਹੋਊਗਾ ਭਾਜਪੀ ਦੇ ਆਗੂਆਂ ਦੇ ਰਾਹੀਂ ਸੇਰਾ ਕਿਹਨੂੰ ਦੇਣਾ ਹਾਂ ਵੀ ਇਹ ਨਹੀਂ ਹੋਊਗਾ ਵੀ ਅਕਾਲੀ ਦਲ ਨੇ ਮੰਗ ਕੀਤੀ ਉਹਨਾਂ ਨੇ ਕਰਤਾਰਪੁਰ ਲਾਂਘਾ ਖੋਲ ਤਾਂ ਸੇਰਾ ਅਕਾਲੀ ਦਲ ਨੂੰ ਚਲਾ ਜਾਵੇ ਹੂੰ ਕਾਂਗਰਸ ਨੂੰ ਚਲਾ ਜਾਵੇ ਕੈਪਟਨ ਸਾਹਿਬ ਨੂੰ ਨਾ ਚਲਾਵੇ ਹਾਂ ਬਿਲਕੁਲ ਹੁਣ ਉਹਨਾਂ ਨੇ ਕੀ ਕੀਤਾ ਪੰਜਾਬ ਦੇ ਆਗੂਆਂ ਦਾ ਵਫਦ ਗਿਆ ਹੂੰ ਐਤਵਾਰ ਨੂੰ ਮਿਲਿਆ ਮੋਦੀ ਸਾਹਿਬ ਨੂੰ ਤੇ ਸੋਮਵਾਰ ਨੂੰ ਮਿਲਿਆ ਹੈਗਾ ਰਾਮਨਾਥ ਕੋਵਿੰਦ ਰਾਸ਼ਟਰਪਤੀ ਸਾਹਿਬ ਨੂੰ ਜੀ ਹੁਣ ਇਹ ਗੁਰੂ ਨਾਨਕ ਦੇਵ ਦੇ ਪੁਰਬ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਇਹ ਲਾਂਘਾ ਖੁੱਲਣ ਦੇ ਅਸਾਰ ਆ ਮਤਲਬ ਇਹ ਆ ਵੀ ਸਿੱਖਾਂ ਦੇ ਉੱਤੇ ਡੋਰੇ ਪਾਉਣ ਦੇ ਲਈ ਅਸੀਂ ਹੀ ਸਾਰਾ ਕੁਝ ਕਰ ਗਈ ਇਸ ਗੱਲ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਜੀ ਬਿਲਕੁਲ ਸੋ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਆਪਣੀ ਸਿਆਸੀ ਜ਼ਮੀਨ ਨੂੰ ਹੁਣ ਤਲਾਸ਼ਣ ਦੇ ਵਿੱਚ ਭਾਜਪਾ ਲੱਗੀ ਹੋਈ ਐ ਕੇਂਦਰ ਸਰਕਾਰ ਲੱਗੀ ਹੋਈ ਐ ਪਰ ਸਿਆਸੀ ਜ਼ਮੀਨ ਤਾਂ ਹੀ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਕਿਸਾਨੀ ਸੰਘਰਸ਼ ਦਾ ਹੱਲ ਕਰਨ ਦੇ ਵੱਲ ਇਹ ਜਾਣਗੇ ਸੋ ਦੇਖਣਾ ਹੋਏਗਾ ਕਿ ਹੋਰ ਕਿੰਨਾ ਇੰਤਜ਼ਾਰ ਕਿਉਂਕਿ 1 ਸਾਲ ਦਾ ਸਮਾਂ ਹੋਣ ਜਾ ਰਿਹਾ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਟੈਣਾ ਸਾਹਿਬ 26 ਜਨਵਰੀ ਵੀ ਫੇਰ ਨੇੜੇ ਹੀ ਆਈ ਲਓ ਕਿਉਂਕਿ ਪਿਛਲੀ ਵਾਰੀ ਜਦੋਂ 26 ਜਨਵਰੀ ਤੇ ਪ੍ਰਦਰਸ਼ਨ ਕੀਤਾ ਗਿਆ ਉਸ ਵਾਰ ਕਿਸਾਨਾਂ ਕੋ ਰਕੇਸ਼ ਤਕੈਦ ਦਾ ਕਹਿਣਾ ਸੀ ਕਿ ਜੇਕਰ 2 ਅਕਤੂਬਰ ਤੱਕ ਬੈਠਣਾ ਪੈ ਗਿਆ ਤਾਂ ਬੈਠਾਂਗੇ ਤੇ ਉਦੋਂ ਬੜਾ ਬਵਾਲ ਹੋਇਆ ਸੀ ਕਿ ਇਹਨਾਂ ਨੇ 2 ਅਕਤੂਬਰ ਤੱਕ ਦਾ ਉਲੀਕਿਆ ਹੁਣ ਤਾਂ ਸਾਲ ਹੋ ਚੱਲਿਆ ਕੋਈ ਵੀ ਸੁਣਵਾਈ ਤਾਂ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਇਹਨਾਂ ਖੇਤੀਕਾਰਾਂ ਦਾ ਬਾਬਤ ਕੀ ਫੈਸਲਾ ਲੈਂਦੀ ਹੈ ਉਸ ਬਾਬਤ ਵਿਚਾਰ ਚਰਚਾ ਕਰਦੇ ਰਹਾਂਗੇ ਹੁਣ ਦੇ ਲਈ ਐਨ ਮੈਨੂੰ ਪਰਮਜੀਤ ਕੁਰਸਾਨੀ ਅਤੇ ਸੀਨੀਅਰ ਪੱਤਰਕਾਰ ਸੋਨ ਸਿੰਘ ਜਾਨਿੰਦਿਆ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ